ਮਿੰਟ ਪਹਿਲਾਂ ਮੈਂ ਪਰਚਾ ਕਰਾਉਂ ਤੇਰੇ ਤੇ ਵੀ ਤੂੰ ਹੈ ਕੀ ਚੀਜ਼ ਦੱਸ ਪਹਿਲਾਂ ਚਿੱਟਾ ਰੰਗ ਫੇਰ ਦਿੱਤਾ ਗਿਆ ਜਿੱਥੇ ਕਾਂਗਰਸ ਪਾਰਟੀ ਦਾ ਬੋਰਡ ਲਗਾਇਆ ਗਿਆ ਸੀ ਉਸਦੇ ਉੱਪਰ ਇਹਨਾਂ ਅਧਿਕਾਰੀਆਂ ਨੇ ਆ ਕੇ ਬਿਨਾਂ ਕਿਸੇ ਮਨਜ਼ੂਰੀ ਤੇ ਬਿਨਾਂ ਪੁੱਛੇ ਹੀ ਚਿੱਟੀ ਕਲੀ ਫੇਰ ਦਿੱਤੀ ਮੈਂ ਪਰਚਾ ਕਰਾਉਂ ਤੇਰੇ ਤੇ ਵੀ ਤੂੰ ਹੈ ਕੀ ਚੀਜ਼ ਦੱਸ ਪਹਿਲਾਂ ਤੂੰ ਆ ਪਹਿਲਾਂ ਬਾਹਰ ਇੱਕ ਮਿੰਟ ਨਹੀਂ ਇੱਕ ਮਿੰਟ ਬਾਹਰ ਤਾਂ ਹੋਣਾ ਯਾਰ ਮੈਂ ਗਰੁੱਪ 'ਚ ਪਾ ਕੇ ਪੜਾਉਂ ਜ਼ਰੂਰ ਤੂੰ ਕਿਹਦੇ ਕਹਿ ਤੈਨੂੰ ਦੱਸ ਪਾਈ ਗੱਲਾਂ ਜਦੋਂ ਇਸ ਸ਼ਖਸ ਨੇ ਦੇਖ ਲਿਆ ਤਾਂ ਫਿਰ ਅਧਿਕਾਰੀ ਗੱਡੀ 'ਚ ਸਵਾਰ ਹੋਏ ਤੇ ਉੱਥੋਂ ਨਿਕਲਣ ਲੱਗੇ ਤਾਂ ਸ਼ਖਸ ਇਹਨਾਂ ਦੇ ਮੂਹਰੇ ਖੜ ਗਿਆ ਤੇ ਸਵਾਲ ਕਰਨ ਲੱਗਾ ਕਿ ਆਖਿਰ ਅਜਿਹਾ ਕਿਉਂ ਕੀਤਾ ਗਿਆ ਅਧਿਕਾਰੀ ਕਹਿੰਦੇ ਨੇ ਕਿ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਤੇ ਚੋਣ ਜ਼ਾਬਤੇ ਦੇ ਵਿੱਚ ਕਿਸੇ ਤਰ੍ਹਾਂ ਦੀ ਹੋਰਡਿੰਗ ਬੋਰਡ ਜਾਂ ਫਲੈਕਸ ਨਹੀਂ ਲਗਾਈ ਜਾਂਦੀ ਕਿਸੇ ਵੀ ਪਾਰਟੀ ਦੀ ਪਰ ਇੱਥੇ ਇਹ ਬੋਰਡ ਇੱਕ ਘਰ ਦੀ ਨਿੱਜੀ ਕੰਧ ਤੇ ਲੱਗਾ ਹੋਇਆ ਸੀ ਜਿਸ ਤੇ ਇਹ ਕਿਹਾ ਜਾਂਦਾ ਹੈ ਕਿ ਕੰਧ ਤੇ ਜਾਂ ਕਿਸੇ ਦੀ ਨਿੱਜੀ ਪ੍ਰਾਪਰਟੀ ਤੇ ਲੱਗਾ ਕੋਈ ਵੀ ਬੋਰਡ ਨਾ ਤਾਂ ਹਟਾਇਆ ਜਾ ਸਕਦਾ ਹੈ ਤੇ ਨਾ ਹੀ ਬਿਨਾਂ ਮਨਜ਼ੂਰੀ ਤੋਂ ਛੇੜਛਾੜ ਕੀਤੀ ਜਾ ਸਕਦੀ ਹੈ ਪਰ ਇਹਨਾਂ ਅਧਿਕਾਰੀਆਂ ਦੇ ਵੱਲੋਂ ਬਿਨਾਂ ਪੁੱਛੇ ਹੀ ਕੰਧ ਤੇ ਬਣੇ ਇਸ ਪੋਸਟਰ ਤੇ ਚਿੱਟਾ ਰੰਗ ਫੇਰ ਦਿੱਤਾ ਗਿਆ ਜਿਸ ਤੇ ਇਹ ਸ਼ਖਸ ਭੜਕ ਗਿਆ ਤੇ ਉੱਤੋਂ ਅਧਿਕਾਰੀ ਵੀ ਇਹ ਦੱਸ ਨਹੀਂ ਰਹੇ ਕਿ ਆਖਿਰ ਕਿਸ ਦੇ ਆਰਡਰ ਤੇ ਉਹਨਾਂ ਵੱਲੋਂ ਇਹ ਸਭ ਕੀਤਾ ਗਿਆ ਇਹ ਸ਼ਖਸ ਬਾਰ ਬਾਰ ਇੱਕੋ ਹੀ ਸਵਾਲ ਕਰ ਰਿਹਾ ਹੈ ਕਿ ਤੁਹਾਨੂੰ ਆਰਡਰ ਕਿੱਥੋਂ ਮਿਲੇ ਨੇ ਜਿਸ ਦਾ ਇਹਨਾਂ ਅਧਿਕਾਰੀਆਂ ਕੋਲ ਕੋਈ ਵੀ ਜਵਾਬ ਨਹੀਂ ਹੈ ਪੋਸਟਰ ਲਾਓ ਯਾਰ ਜਿੱਥੋਂ ਮਰਜ਼ੀ ਲਾਓ ਮੈਨੂੰ ਨਹੀਂ ਪਤਾ ਉਹਦੇ ਬਾਰੇ ਪਰ ਥੰਬੇ ਤੇ ਲੱਗਿਆ ਹੋਇਆ ਕਿਤੇ ਸਰਕਾਰੀ ਧਰਮਸ਼ਾਲਾ ਤੇ ਲੱਗਿਆ ਹੋਇਆ ਆਰਾਮ ਨਾਲ ਤਾਂ ਗੱਲ ਕਰ ਸਕਦੇ ਹਾਂ ਯਾਰ ਤੁਸੀਂ ਕਰਿਆ ਗਲਤ ਹੈ ਸਰ ਮੇਰੇ ਜਦੋਂ ਇਸ ਸ਼ਖਸ ਦੇ ਵੱਲੋਂ ਬਾਰ ਬਾਰ ਸਵਾਲ ਕੀਤਾ ਗਿਆ ਤਾਂ ਫਿਰ ਉਹਨਾਂ ਨੇ ਕਿਹਾ ਹੈ ਕਿ ਇੱਥੇ ਪਾਣੀ ਫੇਰ ਲਓ ਤੇ ਇਹਨੂੰ ਸਾਫ਼ ਕਰ ਲਓ ਹਾਲਾਂਕਿ ਇਸ ਸ਼ਖਸ ਨੇ ਪਹਿਲਾਂ ਹੀ ਇਸ ਚਿੱਟੀ ਕਲੀ ਨੂੰ ਪਾਣੀ ਨਾਲ ਧੋ ਦਿੱਤਾ ਤੇ ਬੋਰਡ ਨੂੰ ਸਾਫ਼ ਕਰ ਲਿਆ ਪਰ ਇੱਥੇ ਸਵਾਲ ਅਜੇ ਵੀ ਬਰਕਰਾਰ ਹੈ ਕਿ ਆਖਿਰ ਅਜਿਹਾ ਕਿਉਂ ਕੀਤਾ ਗਿਆ ਚੋਣ ਜ਼ਾਬਤੇ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਪੋਸਟਰ ਜਾਂ ਹੋਰਡਿੰਗ ਲਗਾਉਣਾ ਮਨਾ ਹੈ ਪਰ ਕਿਸੇ ਨਿੱਜੀ ਪ੍ਰਾਪਰਟੀ ਦੇ ਉੱਤੇ ਲੱਗੀ ਹੋਈ ਫਲੈਕਸ ਜਾਂ ਬੋਰਡ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ ਇਸੇ ਲਈ ਇਸ ਸ਼ਖਸ ਦੇ ਵੱਲੋਂ ਨਾਰਾਜ਼ਗੀ ਜ਼ਾਹਰ ਕਰਦਿਆਂ ਇਹਨਾਂ ਅਫਸਰਾਂ ਤੋਂ ਸਵਾਲ ਕੀਤੇ ਗਏ ਕਿ ਆਖਿਰ ਇਹਨਾਂ ਨੂੰ ਕਿਸ ਨੇ ਆਰਡਰ ਦਿੱਤਾ ਹੈ ਕਿ ਇਸ ਘਰ ਦੀ ਕੰਧ ਤੇ ਚਿੱਟੀ ਕਲੀ ਫੇਰ ਦਿੱਤੀ ਜਾਏ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਦੱਸ ਦੇ ਕਿ ਵੀਡੀਓ ਅਮਲੋ ਦੇ ਪਿੰਡ ਤੰਗਰਾਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਚੋਣ ਜ਼ਾਬਤੇ ਦੇ ਨਾਮ ਤੇ ਇੱਕ ਸ਼ਖਸ ਦੇ ਘਰ ਦੀ ਕੰਧ ਤੇ ਚਿੱਟੀ ਕਲੀ ਫੇਰ ਦਿੱਤੀ ਗਈ ਜਿੱਥੇ ਕਾਂਗਰਸ ਪਾਰਟੀ ਦਾ ਬੋਰਡ ਲੱਗਾ ਹੋਇਆ ਸੀ ਤੇ ਅੱਗੋਂ ਅਧਿਕਾਰੀਆਂ ਤੋਂ ਜਦੋਂ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਕੋਲ ਕੋਈ ਵੀ ਜਵਾਬ ਨਹੀਂ ਸੀ ਤੂੰ ਆ ਪਹਿਲਾਂ ਬਾਹਰ ਇੱਕ ਮਿੰਟ ਨਹੀਂ ਇੱਕ ਮਿੰਟ ਬਾਹਰ ਤਾਂ ਹੋਣਾ ਯਾਰ ਮੈਂ ਗਰੁੱਪ 'ਚ ਪਾ ਕੇ ਪੜਾਉਂ ਜ਼ਰੂਰ ਤੂੰ ਕਿਹਨੇ ਕਹਿ ਤੈਨੂੰ ਦੱਸ ਪਾਈ ਪਹਿਲਾਂ ਤੂੰ ਕਰ ਲੈ ਇੱਕ ਮਿੰਟ ਖੜਦਾ ਯਾਰ ਇੱਕ ਮਿੰਟ ਮੈਂ ਪੁੱਛਣ ਦਾ ਸੀ ਇਹਨੂੰ ਪਰੇ ਹੋ ਇੱਕ ਮਿੰਟ ਰੁਕ ਜਾ ਇੱਕ ਮਿੰਟ ਗੱਲ ਸੁਣ ਕੇ ਜਾ ਸਰਕਾਰ ਅਸੀਂ ਵੀ ਰਹੀ ਪਰ ਇੰਨਾ ਧੱਕਾ ਨੀ ਕਰ ਦਿੰਦੇ ਕਿਸੇ ਸਰਕਾਰ ਕਿਸੇ ਦੀ ਪਰਸਨਲ ਕੰਧ ਤੇ ਤੁਸੀਂ ਕਿੱਦਾਂ ਕਰ ਦੋਗੇ ਦੱਸੋ ਪਹਿਲਾਂ ਕਿਸੇ ਦੀ ਪਰਸਨਲ ਕੰਧ ਤੇ ਕਿੱਦਾਂ ਬਣੋਗੇ ਪਹਿਲਾਂ ਮੈਨੂੰ ਇਹ ਦੱਸੋ ਯਾਰ ਗੱਲ
ਪੋਸਟਰ ਲਾਓ ਯਾਰ ਜਿੱਥੋਂ ਮਰਜ਼ੀ ਲਾਓ, ਮੈਨੂੰ ਨੀ ਪਤਾ ਉਹਦੇ ਬਾਰੇ, ਪਰ ਥੰਬੇ ਤੇ ਲੱਗਿਆ ਹੋਇਆ, ਕਿਤੇ ਸਰਕਾਰੀ ਧਰਮਸ਼ਾਲਾ ਤੇ ਲੱਗਿਆ ਹੋਇਆ, ਆਰਾਮ ਨਾਲ ਤਾਂ ਗੱਲ ਕਰ ਸਕਦੇ ਯਾਰ ਤੁਸੀਂ, ਕਰਿਆ ਗਲਤ ਸਰ ਮੇਰੇ, ਕੋਈ ਨੋਟਿਸ ਦੋ ਕੁਛ ਕਦੋ ਯਾਰ, ਤੁਸੀਂ ਸਿੱਧਾ ਜਾ ਕੇ ਆਪਣਾ ਕਰਦੇ ਹੋ ਯਾਰ, ਕੋਡ ਆਫ ਕੰਡਕਟ ਦੀ ਮੈਂ ਆਗਿਆ ਕਰਦਾ, ਪਰ ਗਲਤ ਗੱਲ ਜਿਹੜੀ ਗਲਤ ਗੱਲ ਯਾਰ, ਤੂੰ ਆਰਾਮ ਨਾਲ ਤਾਂ ਗੱਲ ਕਰ ਸਕਦੇ ਤੁਸੀਂ ਸਰ, ਮੈਂ ਸਰ ਹਾਈਕੋਰਟ ਹੀ ਲੱਗਿਆ ਹੋਇਆ ਚੰਡੀਗੜ੍ਹ, ਮੈਨੂੰ ਇੱਕ ਗੱਲ ਦੱਸ ਤੁਹਾਨੂੰ, ਆਰਡਰ ਸਰ ਕਿਹਨੇ ਦਿੱਤੇ ਨੇ ਦੱਸੋ ਪਹਿਲਾਂ, ਸਰ ਆਰਡਰ ਕਿਹਨੇ ਦਿੱਤੇ ਨੇ ਮੈਨੂੰ ਇੱਕ ਗੱਲ ਪਲੀਜ਼ ਦੱਸ ਦੋ, ਰਿਕੁਐਸਟ ਹੈ ਸਰ, ਕਿਸੇ ਦੀ ਪਰਸਨਲ ਕੰਧ ਤੇ ਤੁਸੀਂ ਪੇਂਟ ਮਾਰ ਸਕਦੇ ਹੋ ਜੀ, ਚੱਲ ਠੀਕ ਹੈ ਬ੍ਰਦਰ, ਠੀਕ ਹੈ ਸਰ, ਗੱਲ ਤਾਂ ਇਹ ਕਿ ਮਾੜਾ ਮੋਟਾ ਪੁੱਛਣਾ ਤੇ ਭਾਈ ਕਿਹਦਾ ਘਰ ਆਏ ਤੁਸੀਂ ਇਹ ਕੰਮ ਕਰ ਰਹੇ ਹੋ, ਸਰ ਉੱਥੇ ਕੋਠੇ ਤੇ ਚੜੇ ਪਏ ਆ, ਬਿਜਲੀ ਖਰਾਬ ਹੋਈ ਪਈ ਹੈ ਜੀ, ਮਤਲਬ ਗੱਲ ਨੀ ਬਹਿ ਰਹੇ ਸਰ, ਅਸੀਂ ਤੁਹਾਡੇ ਤੁਹਾਨੂੰ ਕੁਛ ਕਿਹਾ ਤਾਂ ਦੱਸੋ ਜੀ, ਅਸੀਂ ਕੁਛ ਕਿਹਾ, ਮੈਂ ਤੁਹਾਨੂੰ ਸਰ ਪੁੱਛ ਰਿਹਾ ਜੀ, ਪੁੱਛਣਾ ਹੱਕ ਹੈ ਨੀ, ਤੁਹਾਨੂੰ ਆਰਡਰ ਕਿਹਨੇ ਦਿੱਤੇ ਨੇ ਦੱਸੋ ਸਰ, ਜੇ ਕੋਈ ਗਲਤ ਹੋ ਗਿਆ ਤੂੰ ਆਰਾਮ ਨਾਲ ਨਹੀਂ ਗੱਲ ਕਰ, ਸਰ ਤੁਹਾਨੂੰ ਆਰਡਰ ਕਿਹਨੇ ਦਿੱਤੇ ਨੇ, ਇੱਕ ਮਿੰਟ ਆਰਡਰ ਕਿਹਨੇ ਦਿੱਤੇ ਨੇ ਜੀ ਇਹ ਤਾਂ ਦੱਸ ਦੋ, ਤੁਸੀਂ ਆ ਗਏ ਜੀ ਕਿਸੇ ਦੀ ਕੰਧ ਤੇ ਆ ਗਏ, ਐਵੇਂ ਪੋਚਾ ਮਾਰਤਾ, ਤੁਹਾਨੂੰ ਆਰਡਰ ਕਿਹਨੇ ਦਿੱਤੇ ਨੇ, ਇਹ ਸਾਡੇ ਤੇ ਕਲੀ ਮਾਰ ਗਏ ਸੀਗੇ ਜੀ, ਇਹ ਝਾੜੂ ਵਾਲਿਆਂ ਦੀ ਗੰਦੀਆਂ ਨੀਤੀਆਂ ਕਰਕੇ ਜਿਹੜੇ ਬੰਦੇ ਭੇਜੇ ਇਹਨਾਂ ਨੇ ਸਾਡੇ ਤੇ ਝਾੜੂ ਮਾਰ ਗਏ ਸੀਗੇ, ਉਹਨਾਂ ਤੋਂ ਪੁੱਛਗਿੱਛ ਕੀਤੀ ਗਈ, ਉਹਨਾਂ ਨੇ ਕੋਈ ਸਾਨੂੰ ਉਹ ਨਹੀਂ ਦਿੱਤਾ ਹੈਗਾ, ਠੀਕ ਹੈ ਨਾ, ਹੁਣ ਇਹ ਅਸੀਂ ਆਪਣੇ ਉਹਦੇ ਤੇ ਸਾਫ਼ ਕਰ ਰਹੇ ਹਾਂ, ਠੀਕ ਹੈ, ਕਲੀ ਮਾਰ ਗਏ ਸੀ, ਸਾਡਾ ਪੰਜ ਪੈਂਟ ਵੀ ਖਰਾਬ ਕਰ ਗਏ ਸੀ ਸਾਰਾ, ਅਤੇ ਹੁਣ ਇਹਨੂੰ ਪੁੱਛਿਆ ਗਿਆ, ਇਹਨਾਂ ਨੇ ਕੋਈ ਨਾ ਕੋਈ ਜਵਾਬ ਨਹੀਂ ਸੀਗਾ, ਦੁਬਾਰਾ ਇਹਨਾਂ ਨੇ ਕਿਹਾ ਵੀ ਕਲੀ ਹੈ ਪਾਣੀ ਮਾਰ ਕੇ ਸਾਫ਼ ਕਰ ਲਓ ਕੋਈ ਗੱਲ।